ਪਾਵਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਇੱਥੇ ਇੱਕ ਡੈਂਟਲ ਕਲੀਨਿਕ ਦਾ ਉਦਘਾਟਨ ਕਰਨ ਵਾਸਤੇ ਹਾਜ਼ਰ ਹੋਏ ਹਾਂ। ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਜੋ ਸਰਦਾਰ SP ਸਿੰਘ ਜੀ ਉਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿਸਟਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਭਾਰਤ ਦੇ ਵੱਖ ਵੱਖ ਥਾਵਾਂ ਦੇ ਉੱਪਰ ਮੈਡੀਕਲ ਲੈਬੋਰਟਰੀਆਂ ਖੋਲ੍ਹੀਆਂ ਜਾ ਰਹੀਆਂ ਸਨ, ਉਹਦੇ ਨਾਲ ਹੀ ਇਹ ਡੈਂਟਲ ਕਲੀਨਿਕ ਜਿਹੜਾ ਕਾਦੀਆਂ ਦੇ ਵਿੱਚ ਖੋਲ੍ਹਿਆ ਗਿਆ। ਮੈਂ ਇਸ ਦੀ ਸਮੂਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਨੂੰ, ਸਰਦਾਰ ਉਬਰਾਏ ਸਾਹਿਬ ਨੂੰ ਔਰ ਕਾਦੀਆਂ ਨਿਵਾਸੀ ਸਿੱਖ ਸੰਗਤਾਂ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗ੍ਰੰਥੀ ਸਿੰਘ ਸੇਵਾਦਾਰਾਂ ਨੂੰ ਲੱਖ ਲੱਖ ਮੁਬਾਰਕ ਵਧਾਈ ਦੇਣਾ ਕਿ ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ। ਪਹਿਲਾਂ ਵੀ ਇੱਥੇ ਇੱਕ ਮੈਡੀਕਲ ਲੈਬੋਰਟਰੀ ਜਿਹੜੀ ਸੀ ਖੋਲ੍ਹੀ ਗਈ ਸੀ, ਜਿਹਦੇ ਵਿੱਚ ਸੈਂਕੜੇ ਜਿਹੜੇ ਲੋੜਵੰਦ ਆ ਇੱਥੇ ਆ ਕੇ ਬਹੁਤ ਹੀ ਵਾਜਬ ਰੇਟਾਂ ਦੇ ਉੱਪਰ ਆਪਣੇ ਜਿਹੜੇ ਮੈਡੀਕਲ ਟੈਸਟ ਆ ਖੂਨ ਦੇ ਉਹ ਕਰਵਾਉਂਦੇ ਆ, ਜਿਹਦਾ ਬਹੁਤ ਵੱਡਾ ਫਾਇਦਾ ਇਲਾਕੇ ਨੂੰ ਕਾਦੀਆਂ ਕਸਬੇ ਦੇ ਇਲਾਕੇ ਦੇ ਵਿੱਚ ਹੋਇਆ। ਸੈਂਕੜੇ ਲੋੜਵੰਦ ਰੋਜ਼ਾਨਾ ਇੱਥੇ ਆ ਕੇ ਕਾਦੀਆਂ ਗੁਰਦੁਆਰਾ ਸਾਹਿਬ ਇਹ ਲੈਬੋਰਟਰੀ ਦੇ ਵਿੱਚ ਆਪਣੇ ਟੈਸਟ ਕਰਵਾਉਂਦੇ ਆ ਔਰ ਸੰਗਤਾਂ ਦੀ ਮੰਗ ਦੇ ਅਨੁਸਾਰ ਜਦੋਂ ਅਸੀਂ ਇਸ ਲੈਬੋਰਟਰੀ ਦਾ ਉਦਘਾਟਨ ਕਰਨ ਵਾਸਤੇ ਆਏ ਸੀ ਤਾਂ ਉਦੋਂ ਹੀ ਸੰਗਤਾਂ ਨੇ ਇਸ ਡੈਂਟਲ ਕਲੀਨਿਕ ਦੇ ਮੰਗ ਕੀਤੀ ਸੀ। ਤਾਂ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਕਿ ਇਸ ਡੈਂਟਲ ਕਲੀਨਿਕ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਵਾ। ਸਰਦਾਰ ਉਬਰਾਏ ਸਾਹਿਬ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਤਿਕਾਰ ਸ਼ਖਸੀਅਤਾਂ ਇਸ ਸਮੇਂ ਇੱਥੇ ਪੁੱਜੀਆਂ ਹੋਈਆਂ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਬਖਸ਼ਿਸ਼ ਹੈ, ਸਰਦਾਰ SP ਸਿੰਘ ਜੀ ਉਬਰਾਏ ਜਿਹੜੇ ਲੋਕ ਸੇਵਾ ਦੇ ਕਾਰਜ, ਸਰਬੱਤ ਦੇ ਭਲੇ ਦੇ ਕਾਰਜ, ਚਾਹੇ ਉਹ ਵਿਦੇਸ਼ਾਂ ਦੇ ਅੰਦਰ ਜਿਹੜੇ ਫਸ ਚੁੱਕੇ ਸਾਡੇ ਬੱਚੇ ਬੱਚੀਆਂ ਨੇ ਕਈ ਗਲਤ ਤਰੀਕੇ ਦੇ ਨਾਲ, ਉਹਨਾਂ ਦੀ ਮਦਦ ਕਰਨੀ ਹੋਵੇ, ਚਾਹੇ ਉੱਥੇ ਫਸੇ ਹੋਏ ਪੰਜਾਬੀਆਂ ਜਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਦੇਸ਼ਾਂ 'ਚ ਪਹੁੰਚਾਉਣਾ ਹੋਵੇ, ਜਾਂ ਇਹ ਜਿਹੜੇ ਮੈਡੀਕਲ ਸਹੂਲਤਾਂ ਦੇ ਵਾਸਤੇ ਪੰਜਾਬ, ਹਰਿਆਣਾ, ਹੋਰ ਸਟੇਟਾਂ ਦੇ ਅੰਦਰ ਵੀ ਮੈਡੀਕਲ ਲੈਬੋਰਟਰੀਆਂ ਖੋਲ੍ਹਣ ਦੀ ਗੱਲ ਹੋਵੇ, ਚਾਹੇ ਅੱਜ ਡੈਂਟਲ ਕਲੀਨਿਕ ਦੀ ਗੱਲ ਹੋਵੇ, ਇਹ ਬਹੁਤ ਵੱਡੀਆਂ ਸੇਵਾਵਾਂ ਸਰਦਾਰ ਉਬਰਾਏ ਸਾਹਿਬ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਹ ਕਿਸ ਤਰ੍ਹਾਂ ਦਾ ਟਰੱਸਟ ਆ, ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਬਾਕੀ ਸਾਰੇ ਟਰੱਸਟ ਜਿਹੜੇ ਆ ਉਹ ਸੰਗਤਾਂ ਸਹਿਯੋਗ ਕਰਦੀਆਂ ਨੇ ਅਤੇ ਟਰੱਸਟ ਜਿਹੜੇ ਆ ਫਿਰ ਉਹ ਸੰਗਤਾਂ ਦੀ ਮਦਦ ਕਰਦੇ, ਲੋਕ ਭਲਾਈ ਦੇ ਕਾਰਜ ਕਰਦੇ ਆ। ਇਹ ਇਹੋ ਜਿਹਾ ਟਰੱਸਟ ਹੈ ਜਿਹਦੀ ਕੋਈ ਰਸੀਦ ਬੁੱਕ ਨਹੀਂ ਹੈ ਔਰ ਸਰਦਾਰ ਉਬਰਾਏ ਸਾਹਿਬ ਆਪਣੀ ਕਮਾਈ ਦਾ 98% ਹਿੱਸਾ ਜਿਹੜਾ ਉਹ ਇਸ ਟਰੱਸਟ ਦੇ ਰਾਹੀਂ ਲੋਕ ਸੇਵਾ ਦੇ ਕਾਰਜਾਂ ਦੇ ਵਿੱਚ ਲਾਉਂਦੇ ਪਿਛ। ਸੋ ਬਹੁਤ ਵੱਡੇ ਕਾਰਜ ਜਿਹੜੇ ਆ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੇ ਜਾਂਦੇ। ਸੋ ਮੈਂ ਬਹੁਤ ਬਹੁਤ ਮੁਬਾਰਕ ਵਧਾਈ ਦੇਣਾ ਕਿ ਅੱਜ ਇਹ ਜਿਹੜਾ ਡੈਂਟਲ ਕਲੀਨਿਕ ਆ ਇਹਦਾ ਇਲਾਕੇ ਦੀਆਂ ਸੰਗਤਾਂ ਲਾਭ ਉਠਾਉਣਗੀਆਂ। ਇੱਥੇ ਬਹੁਤ ਕਾਬਲ ਡਾਕਟਰ ਸਾਹਿਬ ਅਤੇ ਪੂਰਾ ਸਟਾਫ ਜਿਹੜਾ ਬੈਠੇਗਾ ਔਰ ਦੰਦਾਂ ਦੇ ਡਾਕਟਰ ਜਿਹੜੇ ਆ ਇਲਾਕੇ ਦੇ, ਜਿਹੜੇ ਕੋਈ ਦੰਦਾਂ ਦੀ ਪ੍ਰੋਬਲਮ ਦੇ ਨਾਲ ਕੋਈ ਮਰੀਜ਼, ਉਹਨੇ ਪ੍ਰੋਬਲਮ ਨੂੰ ਹੱਲ ਕਰਨਗੇ, ਮਰਜ਼ ਦਾ ਇਲਾਜ ਕਰਨਗੇ। ਸੋ ਇਸ ਗੱਲ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ, ਡਾਕਟਰ ਸਰਦਾਰ ਉਬਰਾਏ ਸਿੰਘ, ਸਰਦਾਰ SP ਸਿੰਘ ਜੀ ਉਬਰਾਏ ਔਰ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਮੁੱਖ ਗ੍ਰੰਥੀ ਸਾਹਿਬ ਅਤੇ ਸਾਰੀਆਂ ਸੰਗਤਾਂ ਜਿਹੜੇ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ, ਉਹਨਾਂ ਨੂੰ ਸਤਿਗੁਰ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ ਅਤੇ ਸਾਡੀਆਂ ਸ਼ੁਭ ਇਛਾਵਾਂ ਵੀ ਇਸ ਟਰੱਸਟ ਦੇ ਨਾਲ ਆ, ਸਰਦਾਰ ਉਬਰਾਏ ਸਾਹਿਬ ਦੇ ਨਾਲ ਆ ਅਤੇ ਅੱਜ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਆਪਣੇ ਨਗਰ
ਕਾਦੀਆਂ ਦੇ ਵਿੱਚ ਇਸ ਡੈਂਟਲ ਕਲੀਨਿਕ ਦੇ ਉਦਘਾਟਨ ਦੇ ਸਮੇਂ ਪਹੁੰਚੇ ਹਾਂ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਸਰਬੱਤ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਆਪਾਂ ਆਪਣੇ ਗੁਰੂ ਦੇ ਬਖਸ਼ੇ ਸਿਧਾਂਤ ਅਨੁਸਾਰ ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ ਹੋਏ ਲੋਕ ਭਲਾਈ ਦੇ, ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੇ ਵਿੱਚ ਜਿਹੜਾ ਆਪੋ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।